पंजाब में पुरातन खेलों को पुनर्जीवित करने के लिए खेल आयोजित किया गया है। खेल की अध्यक्षता मोगा के डिप्टी कमिश्नर कुलवंत सिंह और समाज सेवी मनदीप कौर टांगरा ने की। इस खेलों में 10 साल के बच्चों से लेकर के 60 साल के बुजुर्गों ने भी हिस्सा लिया है। इस मौके पर 60 साल की महिलाओं ने मटका दौड़ने में अपना दम दिखाया, वहीं बच्चों ने रस्सी खींचकर लंबी दौड़ और अपना हुनर दिखाया। ਅੱਜ ਜਿਹੜਾ ਦਿਨ ਹੈਗਾ ਕਿ ਵਾਇਲੈਂਸ ਅਗੇਂਸਟ ਔਮਨ ਜਿਹੜਾ ਅਸੀਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇੱਕ ਔਰਤ ਕਮਜ਼ੋਰ ਤੇ ਨਹੀਂ ਹੈ, ਔਰਤ ਬਹੁਤ ਤਾਕਤਵਰ ਹੈ, ਉਹ ਆਪਣੇ ਰਾਈਟਸ ਬਾਰੇ ਉਹਨੂੰ ਸਭ ਪਤਾ ਹੈ ਇਹਦਾ ਸੇਰਾ ਜਸਟਿਸ ਲੋਹਣਾ ਨੂੰ ਤੇ ਮਾਸਟਰ ਹਰਜੀਤ ਹੁਣਾਂ ਨੂੰ ਜਾਂਦਾ ਜਿਨ੍ਹਾਂ ਨੇ ਪਿਛਲੇ ਸਾਲ ਇਹ ਮੇਲਾ ਪ੍ਰਾਤਨ ਖੇਡਾਂ ਦਾ ਸ਼ੁਰੂ ਕੀਤਾ ਸੀਗਾ। ਇਹਨਾਂ ਦਾ ਆਪਣਾ ਹੀ ਇੱਕ ਸਕੂਲ ਹੈ ਜਿੱਥੇ ਬੱਚਿਆਂ ਨੂੰ ਸਟੱਡੀ ਵੀ ਕਰਵਾਉਂਦੇ ਨੇ, ਇਹਨਾਂ ਚੀਜ਼ਾਂ ਨਾਲ ਜੋੜਦੇ ਵੀ ਨੇ। ਜੀ ਬਿਲਕੁਲ, ਸੱਭਿਆਚਾਰ ਨਾਲੋਂ ਟੁੱਟ ਕੇ ਕੋਈ ਵੀ ਕੌਮ ਜਾਂ ਕੋਈ ਵੀ ਕਹਿ ਲਈਏ ਸਰਵਾਈਵ ਨਹੀਂ ਕਰ ਪਾਉਂਦੀਆਂ ਜਿਹੜੀਆਂ ਟੁੱਟੀਆਂ ਨੇ। ਆਪਣੀ ਮਾਤ ਭਾਸ਼ਾ, ਆਪਣੇ ਸੱਭਿਆਚਾਰ ਨੂੰ ਅੱਗੇ ਵਧਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਆ, ਹੈ ਨਾ। ਸੋ ਮੈਂ ਖੁਦ ਮਿਸਿਸ ਪੰਜਾਬਨ ਦਾ ਕੰਪੀਟੀਸ਼ਨ ਵਿਨ ਕੀਤਾ ਕਰਕੇ ਮੈਂ ਇਸ ਚੀਜ਼ ਨਾਲ ਜੁੜੀ ਹੋਈ ਹਾਂ। ਬਾਕੀ ਮੈਂ ਪਿੰਡ ਨਾਲ ਸੰਬੰਧ ਰੱਖਦੀ ਕਰਕੇ ਤਾਂ ਵੀ ਥੋੜ੍ਹਾ ਜਿਹਾ ਮੇਰਾ ਮੋਹ ਪਿਆਰ ਜ਼ਿਆਦਾ। ਜਿਹੜੀਆਂ ਪੁਰਾਤਨ ਖੇਡਾਂ ਇੱਥੇ ਖੇਡੀਆਂ ਜਾ ਰਹੀਆਂ, ਜੋ ਬੱਚਿਆਂ ਨੇ ਇੱਥੇ ਭਾਗ ਲਿੱਤਾ ਔਰ ਜੋ ਅੱਜ ਕਰਕੇ ਦਿਖਾ ਰਹੇ, ਮੈਨੂੰ ਲੱਗਦਾ ਬਹੁਤ ਹੀ ਕਾਬਿਲੇ ਤਾਰੀਫ ਹੈ, ਬਹੁਤ ਹੀ ਖੂਬ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਇੱਕ ਨਵੀਂ ਸ਼ੁਰੂਆਤ ਆ ਤੇ ਇੱਕ ਨਵੇਂ ਤਰ੍ਹਾਂ ਦਾ ਇਵੈਂਟ ਆ, ਜਿਹੜਾ ਕਿ ਡੀਸੀ ਸਰ ਨੇ ਵੀ ਕਿਹਾ ਕਿ ਸਾਲਾਨਾ ਇਵੈਂਟ ਜਿਹੜਾ ਇਹ ਹੋਣਾ ਚਾਹੀਦਾ। ਤੇ ਸਾਨੂੰ ਜਿਹੜੀ ਸਾਡੇ 'ਚ ਊਰਜਾ ਵਾ, ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਪਣੇ ਆਪ ਪੈਦਾ ਕਰਦੇ ਹਾਂ ਜਾਂ ਤਾਂ ਸਾਡੇ ਮਾਂ ਪਿਓ ਪੈਦਾ ਕਰਦੇ, ਸਾਡੇ ਸੰਸਕਾਰ ਪੈਦਾ ਕਰਦੇ, ਸਾਡੀਆਂ ਪੁਰਾਣੀਆਂ ਚੀਜ਼ਾਂ ਹੀ ਸਾਡੇ 'ਚ ਜਿਹੜੀ ਆ ਊਰਜਾ ਪੈਦਾ ਕਰਦੀਆਂ ਅਤੇ